ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਸ਼ਾਮ ਪੁਲਿਸ ਲਾਈਨਜ਼ ਵਿਖੇ ਫਲਾਇੰਗ ਸਕੁਐਡ ਟੀਮਾਂ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਉਹਨਾਂ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਅਤੇ ਉਹਨਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅੱਜ ਮਾਡਲ ਕੋਡ ਆਫ ਕੰਡਕਟ ਦਾ ਐਲਾਨ ਕਰ ਦਿੱਤਾ ਗਿਆ, ਕਿਉਂਕਿ ਚੋਣਾਂ ਦਾ ਜਿਹੜਾ ਐਲਾਨ ਹੈ ਉਸ ਨੂੰ ਇਹ ਮੰਨਿਆ ਜਾਂਦਾ। ਉਸ ਸੰਦਰਭ ਦੇ ਵਿੱਚ ਡੀ ਸੀ ਸਾਹਿਬ ਅਤੇ ਅਸੀਂ ਸਾਰਿਆਂ ਨੇ ਰਲ ਕੇ ਸਿਵਲ ਅਤੇ ਪੁਲਿਸ ਆਫਿਸਰਸ ਦੀ ਫਲਾਇੰਗ ਸਕੁਆਡਸ ਦੇ ਵਿੱਚ ਜਿਹੜੇ ਲੋਕ ਸਿਲੈਕਟ ਕੀਤੇ ਗਏ ਨੇ ਆਫਿਸ਼ਲਸ, ਉਹਨਾਂ ਨੂੰ ਖੁਦ ਬਰੀਫ ਕੀਤਾ, ਸੋ ਦੈਟ ਉਹਨਾਂ ਨੂੰ ਇਸ ਚੀਜ਼ ਦੀ ਅਹਿਮੀਅਤ ਪਤਾ ਲੱਗੇ ਔਰ ਉਹਨਾਂ ਨੂੰ ਇਹ ਨਿਊਟਰੈਲਿਟੀ ਵਾਸਤੇ ਸਪੈਸ਼ਲ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਬਰੀਫ ਕੀਤਾ। ਔਰ ਇਹ ਵੀ ਦੱਸਿਆ ਗਿਆ ਕਿ ਤੁਹਾਡੇ ਉੱਤੇ ਜਿਹੜੇ ਜੀ ਪੀ ਐੱਸ ਸਿਸਟਮ ਵਗੈਰਾ ਦੇ ਨਾਲ ਸਾਰਾ ਮੋਨੀਟਰਿੰਗ ਵੀ ਉਹਨਾਂ ਦੀ ਕੀਤੀ ਜਾਏਗੀ ਔਰ ਪਬਲਿਕ ਦੇ ਵਾਸਤੇ ਇੱਕ ਸਿਕਿਓਰ ਫੀਲਿੰਗ ਦੇਣ ਉਹ, ਔਰ ਜਦੋਂ ਵੀ ਮੌਕੇ 'ਤੇ ਜਾਣ ਪੋਲਾਈਟ ਬਿਹੇਵੀਅਰ ਹੋਵੇ, ਬਟ ਉਹਦੇ ਨਾਲ ਨਾਲ ਜਿੱਥੇ ਵੀ ਕੋਈ ਕਾਨੂੰਨ ਨੂੰ ਤੋੜਦਾ ਹੈ ਜਾਂ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਕਰ ਰਿਹਾ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਐਗਜ਼ੈਂਪਲਰੀ ਜਿਹੜੀ ਹੈ ਐਕਸ਼ਨ ਨਾਲ ਸਾਰੇ ਲੋਕਾਂ ਨੂੰ ਨਸੀਹਤ ਹੋਵੇ ਕਿ ਅਸੀਂ ਬਿਲਕੁਲ ਫੇਅਰ ਅਤੇ ਫਰੀ ਪੋਲਸ ਜਿਹੜੀਆਂ ਉਹ ਲੁਧਿਆਣੇ ਦੇ ਵਿੱਚ ਕਰਾਵਾਂਗੇ। ਮਾਨਯੋਗ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਦੀ ਜਨਰਲ ਅਸੈਂਬਲੀ 2022 ਦੇ ਚੋਣਾਂ ਦੀ ਅੱਜ ਐਲਾਨ ਕਰ ਦਿੱਤਾ ਗਿਆ। ਐਲਾਨ ਹੋਣ ਤੋਂ ਬਾਅਦ ਅੱਜ 8 ਜਨਵਰੀ ਤੋਂ ਹੀ ਮਾਡਲ ਕੋਡ ਆਫ ਕੰਡਕਟ ਹੈ ਜਿਹੜਾ ਉਹ ਲਾਗੂ ਹੋ ਗਿਆ। ਅੱਜ ਮੈਂ ਅਤੇ ਮੇਰੇ ਪੁਲਿਸ ਕਾਊਂਟਰ ਪਾਰਟਸ ਸੀ ਪੀ ਸਾਹਿਬ ਔਰ ਐੱਸ ਐੱਸ ਪੀ ਰੂਰਲ ਜਗਰਾਓਂ, ਐੱਸ ਐੱਸ ਪੀ ਖੰਨਾ, ਅਸੀਂ ਸਾਰਿਆਂ ਨੇ ਇੱਕ ਜੁਆਇੰਟ ਮੀਟਿੰਗ ਸਟਾਫ ਦੇ ਨਾਲ ਲੈ ਲਈ ਹੈ ਮਾਡਲ ਕੋਡ ਆਫ ਕੰਡਕਟ ਲਾਗੂ ਕਰਨ ਦੇ ਲਈ ਅਤੇ ਸਾਰੀਆਂ ਪਾਰਟੀਆਂ ਨੂੰ ਬਰਾਬਰ ਮੌਕਾ ਦੇਣ ਦੇ ਲਈ। ਜਿਹੜੇ ਵੀ ਕੋਈ ਸਰਕਾਰੀ ਥਾਵਾਂ 'ਤੇ ਬੋਰਡ ਲੱਗੇ ਹੋਏ ਨੇ ਉਹਨਾਂ ਨੂੰ ਲਾਉਣ ਦਾ ਜਿਹੜਾ ਕੰਮ ਹੈਗਾ ਉਹ ਪਹਿਲਾਂ ਹੀ ਚਾਲੂ ਕਰ ਦਿੱਤਾ ਗਿਆ ਅੱਜ 4 ਵਜੇ ਤੋਂ ਹੀ। ਔਰ ਇਸ ਤੋਂ ਇਲਾਵਾ ਸਾਰੀਆਂ ਹੀ ਲੋਕਲ ਬਾਡੀਜ਼ ਅਤੇ ਹੋਰ ਜਿਹੜੇ ਪੰਚਾਇਤੀ ਰਾਜ ਸੰਸਥਾਵਾਂ ਨੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੀ ਪਾਰਟੀਆਂ ਨੂੰ ਆਪਣਾ ਪ੍ਰਚਾਰ ਕਰਨ ਦਾ ਬਰਾਬਰ ਦਾ ਮੌਕਾ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਕੋਈ ਇਲੀਗਲ ਲਿਕਰ ਜਾਂ ਹੋਰ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਜਿਹੜੀ ਕਿ ਇਲੈਕਸ਼ਨ ਦੇ ਕੰਮ 'ਚ ਵਿਘਨ ਪਾ ਸਕਦੀਆਂ ਨੇ ਉਹਨਾਂ ਨੂੰ ਚੈੱਕ ਕਰਨ ਦੇ ਲਈ ਅਸੀਂ ਜਿਹੜੀਆਂ ਫਲਾਇੰਗ ਸਕੁਐਡ ਟੀਮਸ ਨੇ ਹਰੇਕ ਹਲਕੇ ਦੇ ਵਿੱਚ 3 ਫਲਾਇੰਗ ਸਕੁਐਡ ਟੀਮਸ ਆਲਰੇਡੀ ਔਨ ਗਰਾਊਂਡ ਨਾਕੇ ਲਗਾਉਣੇ ਸ਼ੁਰੂ ਹੋ ਗਏ ਆ, ਜਿਹੜੀਆਂ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮਿਲ ਕੇ ਜੁਆਇੰਟ ਟੀਮਾਂ ਬਣਾਈਆਂ ਨੇ, ਜਿਨ੍ਹਾਂ 'ਚ ਇੱਕ ਐਗਜ਼ੀਕਿਊਟਿਵ ਮੈਜਿਸਟਰੇਟ, 4 ਪੁਲਿਸ ਮੁਲਾਜ਼ਮ, ਇੱਕ ਪੁਲਿਸ ਆਫਿਸਰ ਔਰ ਇੱਕ ਜਿਹੜਾ ਵੀਡੀਓਗ੍ਰਾਫਰ ਉਹਨਾਂ ਦੇ ਨਾਲ ਹੋਏਗਾ। ਸਾਡੇ ਕੁੱਲ 14 ਹਲਕੇ ਨੇ, ਜਿਨ੍ਹਾਂ ਦੇ ਵਿੱਚੋਂ 8 ਸ਼ਹਿਰ ਦੇ ਵਿੱਚ ਔਰ 6 ਬਾਹਰਲੇ ਪੇਂਡੂ ਹਲਕੇ ਨੇ। 14x3 ਐਟ ਏ ਟਾਈਮ ਜਿਹੜੇ 42 ਫਲਾਇੰਗ ਸਕੁਐਡ ਟੀਮਸ ਜ਼ਿਲ੍ਹੇ ਦੇ ਵਿੱਚ ਤੈਨਾਤ ਹੋਣਗੀਆਂ। ਔਰ ਮੇਰੀ ਸਾਰੇ ਵੋਟਰਸ ਨੂੰ ਇਹ ਅਪੀਲ ਹੈ ਕਿ ਉਹ ਇਸ ਆਜ਼ਾਦੀ ਤੋਂ ਬਾਅਦ ਜਿਹੜਾ ਸਾਨੂੰ ਲੋਕਤੰਤਰੀ ਹੱਕ ਮਿਲਿਆ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ, ਬਟ ਬਿਨਾਂ ਕਿਸੇ ਲੋਭ ਲਾਲਚ ਤੋਂ ਅਤੇ ਐਥੀਕਲ ਵੋਟਿੰਗ ਜਿਹਨੂੰ ਆਪਾਂ ਕਹਿੰਦੇ ਹਾਂ ਅਸੂਲ ਦੇ ਆਧਾਰ 'ਤੇ ਆਪਣੇ ਜਿਹੜੀ ਹੈਗੀ ਆਪਣੀ ਮਰਜ਼ੀ ਨਾਲ ਵੋਟ ਪਾਉਣ। ਔਰ ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ ਔਰ ਸਾਰੇ ਚਾਹਵਾਨ ਕੈਂਡੀਡੇਟਸ ਨੂੰ ਵੀ ਮੇਰੀ ਇਹ ਅਪੀਲ ਹੈ ਕਿ ਉਹ ਬਿਲਕੁਲ ਜਿਹੜੇ ਚੋਣ ਜ਼ਾਬਤੇ ਦੇ ਵਿੱਚ ਰਹਿੰਦੇ ਹੋਏ ਜੋ ਨਿਯਮ ਕਾਨੂੰਨ ਦੇ ਮੁਤਾਬਕ ਆਪਣੀ ਜਿਹੜੀ ਹੈ ਫੇਅਰ ਚੋਣ ਲੜਨ, ਔਰ ਅਸੀਂ ਉਹਨਾਂ ਨੂੰ ਬਿਲਕੁਲ ਬਰਾਬਰ ਮੌਕਾ ਦੇਵਾਂਗੇ ਪੂਰੇ ਸਟਾਫ ਨੂੰ ਔਰ ਪੁਲਿਸ ਫੋਰਸ ਨੂੰ ਵੀ ਇਹੀ ਤਾਕੀਦ ਕੀਤੀ ਗਈ ਹੈ। ਪਰ ਜੇ ਕੋਈ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਮਾਡਲ ਕੋਡ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ 'ਤੇ ਸਖ਼ਤ ਕਾਰਵਾਈ ਵੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਤਾਬੇ ਕੀਤੀ ਜਾਵੇਗੀ। ਅਤੇ ਸਾਰਿਆਂ ਨੂੰ ਮੈਂ ਦੁਬਾਰਾ ਤੋਂ ਰਿਪੀਟ ਕਰ ਰਿਹਾ ਕਿ ਬਰਾਬਰੀ ਦਾ ਮੌਕਾ ਔਰ ਲੈਵਲ ਪਲੇਇੰਗ ਫੀਲਡ ਦੇਣ ਦਾ ਅਸੀਂ ਵਾਅਦਾ ਕਰਦੇ ਹਾਂ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।